ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਪਾਕਿਸਤਾਨੀ ਡਰੋਨ ਭਾਰਤੀ ਹੱਦ 'ਚ ਦਾਖਲ, ਫੌਜ ਨੇ ਖਦੇੜਿਆ। ਪਾਕਿਸਤਾਨ ਫੌਜ ਆਪਣੀਆਂ ਭੈੜੀਆਂ ਕਰਤੂਤਾਂ ਤੋਂ ਬਾਜ ਨਹੀਂ ਆ ਰਹੀ। ਕਦੇ ਅੱਤਵਾਦੀਆਂ ਨੂੰ ਸ਼ਹਿਰ 'ਤੇ ਪੁਲਵਾਮਾ ਹਮਲਾ ਕਰਵਾ ਦਿੰਦੀ ਹੈ ਅਤੇ ਕਦੇ ਅੱਤਵਾਦੀ ਵਾਰਦਾਤਾਂ ਕਰਵਾ ਦਿੰਦੀ ਹੈ। ਖੇਮਕਨ ਸੈਕਟਰ ਪਾਕਿਸਤਾਨ ਨੇ ਅੱਜ ਫਿਰ ਅਜਿਹੀ ਕਰਤੂਤ ਕੀਤੀ। ਭਰੋਸੇਯੋਗ ਸੂਤਰਾਂ ਮੁਤਾਬਿਕ ਬੁੱਧਵਾਰ ਰਾਤ ਲਗਭਗ 9 ਵਜੇ ਕਰੀਬ ਪਾਕਿਸਤਾਨ ਵੱਲੋਂ ਸੈਕਟਰ ਖੇਮਕਨ ਅਧੀਨ ਪੈਂਦੇ ਪਿੰਡ ਰਤੋਕੇ ਵਿਖੇ ਇੱਕ ਡਰੋਨ ਭੇਜਿਆ ਗਿਆ। ਸ਼ੱਕੀ ਹਾਲਤ 'ਚ ਇਸ ਨੂੰ ਦੇਖਦਿਆਂ ਭਾਰਤੀ ਜਵਾਨਾਂ ਨੇ ਫਾਇਰਿੰਗ ਕਰਕੇ ਡਰੋਨ ਨੂੰ ਪਾਕਿਸਤਾਨ ਵੱਲ ਭੇਜਣ ਲਈ ਮਜਬੂਰ ਕਰ ਦਿੱਤਾ। ਸਰਹੱਦ ਨੇੜੇ ਵੱਸਦੇ ਰਤੋਕੇ, ਮਾਸ਼ੀਕੇ, ਚੱਕਵਾਲੀਆ, ਗਜ਼ਲ ਆਦਿ ਪਿੰਡਾਂ 'ਚ ਜਿੱਥੇ ਇੱਕ ਪਾਸੇ ਸਹਿਮ ਦਾ ਮਾਹੌਲ ਦੇਖਿਆ ਗਿਆ, ਉੱਥੇ ਹੀ ਦੂਜੇ ਪਾਸੇ ਇਹਨਾਂ ਪਿੰਡਾਂ ਦੇ ਵਸਨੀਕਾਂ ਨੇ ਫੌਜ ਦੀ ਬਹਾਦਰੀ ਦੀ ਸਿਫਤ ਕਰਦਿਆਂ ਕਿਹਾ ਕਿ ਅਸੀਂ ਸਰਹੱਦ 'ਤੇ ਵੱਸਦੇ ਲੋਕ ਜੀ ਜਾਣ ਨਾਲ ਆਪਣੇ ਦੇਸ਼ ਦੀ ਸਰਹੱਦ 'ਤੇ ਖੜ੍ਹੇ ਫੌਜੀ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਉੱਧਰ ਇਸ ਸੰਬੰਧੀ ਜਦੋਂ BSF ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਇਸ ਨੂੰ ਨਕਾਰਦਿਆਂ ਕਿਹਾ ਕਿ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੈ। ਕੀ ਹੈ ਇਹ ਸਾਰਾ ਮਾਮਲਾ, ਆਓ ਦੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ। ਤੇ ਦੁਨੀਆ ਧਮਕ ਉੱਠੀ ਇਕਦਮ ਵੀ ਜੰਗ ਲੱਗਣ ਤਿਆਰ ਹੋ ਗਿਆ। ਤੇ ਆਹ ਸਾਰੀ ਯਾਦ ਹੀ ਲੋਕ ਤਰਹਿ ਤਰਹਿ ਕਰਦੇ ਰਹੇ, ਉੱਠਣ ਨੂੰ ਕੋਈ ਉੱਠਣ ਨੂੰ ਕਰਦਾ, ਕੋਈ ਕਿੱਦਾਂ ਕਰਦਾ। ਤੇ ਉੱਠ ਕੇ ਰਾਤ ਦੇ ਮਾਹੌਲ ਦੇ ਵਿੱਚ ਜਾਣਾ, ਦੁਨੀਆ ਕਿੱਥੇ ਜਾਵੇ। ਬਾਰਡਰ ਕਿੰਨਾ ਕੋਈ ਤੁਹਾਡੇ ਇੱਥੋਂ ਦੂਰ? ਹਾਂ, ਤੁਹਾਡੇ ਪਿੰਡ ਤੋਂ ਕਿੰਨਾ ਦੂਰ ਹੈ ਬਾਰਡਰ? ਬਾਰਡਰ ਸਾਡੇ ਆਵੇ ਤਾਰ ਲੱਗੀ ਆ, ਤਾਰ ਲੱਗੀ ਆ ਸਾਰਾ ਕਿਲੋ। ਤੁਸੀਂ ਰੋਜ਼ ਬਾਰਡਰ ਦੇ ਖੇਤਾਂ 'ਚ ਕੰਮ ਕਰਨ ਜਾਂਦੇ ਜੀ? ਹਾਂ, ਖੇਤ। ਤੇ ਹੁਣ ਤੁਹਾਨੂੰ ਕੋਈ ਡਰ ਨਹੀਂ ਗਾ ਵੀ ਤੁਸੀਂ ਚੱਲੇ? ਨਹੀਂ ਡਰ, ਸਾਨੂੰ ਕਾਲਾ ਡਰ ਆ, ਸਾਡੀ ਦੇਣ ਦੇ ਨਾਲ ਜ਼ਮੀਨ ਆ, ਸਾਨੂੰ ਖਤਰਾ ਕੋਈ ਨਹੀਂ ਗਾ। ਇਹ ਤੇ ਚੌਂਕੀ ਆ ਹੋਊਗਾ ਜ਼ਿਆਦਾ, ਜਿਹਦੇ ਚੌਂਕੀ ਦੇ ਨੇੜੇ ਪੈ ਰਹੀ ਆ। ਕੀ ਨਾਂ ਭਾਈ ਤੁਹਾਡਾ? ਮੇਰਾ ਨਾਂ ਹਰਜਿੰਦਰ ਸਿੰਘ। ਕੀ ਘਟਨਾ ਵਾਪਰੀ ਅੱਜ ਰਾਤ? ਰਾਤ ਤਕਰੀਬ ਦੁਨੀਆ ਸਾਰੀ ਸੌਂ ਰਹੀ ਸੀ, ਪਿੰਡ ਸਾਰਾ ਸੌਂ ਰਿਹਾ ਸੀ, ਅਤੇ ਅਚਾਨਕ 3 ਧਮਾਕੇ ਹੋਏ। ਜਦੋਂ ਪਹਿਲਾ ਧਮਾਕਾ ਹੋਇਆ ਵਾ, ਅਸੀਂ ਭੱਜ ਕੇ ਬਾਹਰ ਆਏ ਹਾਂ ਅਤੇ ਦੇਖਿਆ ਵਾ ਵੀ ਪਾਕਿਸਤਾਨ ਵੱਲੋਂ ਕੋਈ ਡਰੋਨ ਦਿਖਾਈ ਦਿੱਤੇ ਨੇ। ਮੁੜ ਕੇ ਦੂਜਾ, ਤੀਜਾ, 3 ਧਮਾਕੇ ਹੋਏ ਨੇ, ਪਿੰਡ ਸਾਰਾ ਛੜਕਤਾ ਆ ਗਿਆ ਵਾ। ਦੁਨੀਆ ਜਿਹੜੀ ਆ, ਜਿੰਨਾ ਨਗਰ ਆ, ਇਹਨੇ ਤੇਲ ਪਵਾਇਆ ਵਾ, ਕਈ ਲੋਕ ਰਾਤ ਹੀ ਪਿੰਡ ਛੱਡ ਕੇ ਵਾਪਸ ਹੋ ਗਏ। ਇੰਝ ਲੱਗਿਆ ਕਿ ਜਿਵੇਂ ਪਾਕਿਸਤਾਨ ਵਾਲੇ ਪਾਸੋਂ ਫੈਰ ਹੋ ਗਿਆ। ਦੁਨੀਆ ਜ਼ਿਆਦੀ ਦਹਿਸ਼ਤ, ਫਿਰ ਗਏ ਆ ਸਰਪੰਚ ਕਰਬੀਰ ਸਿੰਘ ਗਿਆ ਨਾਲ, ਉੱਥੇ ਜਾ ਕੇ ਸਾਰੀ ਨਗਰ ਨੂੰ ਆਖਿਆ ਵਾ ਵੀ ਨਹੀਂ ਕੋਈ ਗੱਲ, ਆਰਮੀ ਕੋਲ ਗਏ ਆ, ਪਤਾ ਕੀਤਾ ਵਾ। ਉਹਨਾਂ ਆਖਿਆ ਵੀ ਸੌਂ ਕੋਈ ਗੱਲ ਨਹੀਂ, ਸਿਰਫ 3 ਧਮਾਕੇ ਹੋਏ ਆ, ਨੁਕਸਾਨ ਇਹਦੇ ਵਿੱਚ ਕਿਸੇ ਦਾ ਨਹੀਂ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।